ਜਲੰਧਰ ਦੀ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ। ਮੋਟਰਸਾਈਕਲ ਨੌਜਵਾਨਾਂ ਵੱਲੋਂ ਇੱਕ ਲੜਕੀ ਨੂੰ ਘਸੀਟਿਆ ਜਾਂਦਾ ਹੈ। ਪੀੜਤਾ ਦਾ ਕਹਿਣਾ ਹੈ ਕਿ ਮੈਂ ਆਪਣੇ ਘਰ ਦੇ ਅੰਦਰ ਵੜ ਰਹੀ ਸੀ ਤੇ 3 ਨੌਜਵਾਨਾਂ ਵੱਲੋਂ ਮੈਨੂੰ ਪਹਿਲਾਂ ਧੱਕਾ ਮਾਰਿਆ ਗਿਆ, ਫਿਰ ਸੌਰੀ ਕਹਿ ਕੇ ਜਦੋਂ ਉਹ ਜਾਣ ਲੱਗੇ ਤਾਂ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਫੋਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੌਜਵਾਨਾਂ ਵੱਲੋਂ ਮੈਨੂੰ ਮੋਟਰਸਾਈਕਲ ਦੇ ਨਾਲ ਹੀ ਘਸੀਟ ਲਿਆ ਗਿਆ। ਕੁੜੀ ਵੱਲੋਂ ਫੋਨ ਨੂੰ ਛੱਡ ਦਿੱਤਾ ਗਿਆ, ਪਰ ਫਿਰ ਵੀ ਉਸਦਾ ਹੱਥ ਫੜ ਕੇ ਉਸਨੂੰ ਨੌਜਵਾਨਾਂ ਵੱਲੋਂ ਘਸੀਟਿਆ ਗਿਆ। ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ 3 ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੇਰੇ ਸੇ ਪਹਿਲੇ ਥੋੜ੍ਹੀ ਦੂਰ ਮੈਨੇ ਫੋਨ ਪਕੜਾ, ਫਿਰ ਮੈਨੇ ਛੋੜ ਦਿਆ, ਫਿਰ ਵੀ ਉਹਨੇ ਮੇਰਾ ਹੱਥ ਪਕੜ ਕੇ ਘਸੀਟਤੇ ਹੋਏ ਲੈ ਕਰ ਗਏ ਥੇ ਕਿ ਅੰਦਰ ਸੇ ਪਕੜ ਕੇ ਘਸੀਟ ਕੇ ਲੈ ਗਏ, ਪੂਰੀ ਗਲੀ ਇਹ ਗਲੀ ਆਗੇ ਕੇ ਵੀ ਪਾਰ ਕਰ ਦਿਆ ਪੂਰੀ। ਅਸੀਂ ਅੱਜ ਜਿਹੜੇ ਹੈਗੇ 3 ਅਕਿਊਜ਼, ਲਵਪ੍ਰੀਤ, ਪਵਨਪ੍ਰੀਤ ਔਰ ਇਹਦੇ 'ਚ ਗਗਨਪ੍ਰੀਤ, ਇਹਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ। ਇਹਦੇ 'ਚ ਗਗਨਪ੍ਰੀਤ ਦੀ ਜਿਹੜੀ ਹੈਗੀ ਹਿਸਟਰੀ ਹੈ ਉਹ ਕ੍ਰਿਮੀਨਲ ਹਿਸਟਰੀ ਹੈਗੀ, ਉਹਦੇ 'ਚ 3 ਪਰਚੇ ਔਲਰੇਡੀ ਦਰਜ ਹੈਗੇ, ਬਾਕੀਆਂ 'ਤੇ ਪ੍ਰੀਵੀਅਸਲੀ ਕੋਈ FIR ਨਹੀਂ ਹੈਗੀ।